ਸਤਿ ਸ਼੍ਰੀ ਅਕਾਲ ਦੋਸਤੋ ਸਾਡਾ ਟੀਵੀ ਯੂਐਸਏ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਅਸੀਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਇਸ ਵੇਲੇ ਦੀ ਮਹੱਤਵਪੂਰਨ ਵੀਡੀਓ ਤੇ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਕਿਸਾਨ ਨੇਤਾ ਰਕੇਸ਼ ਕੈਤ ਬਾਰੇ ਕੱਲ ਜਿਵੇਂ ਕਿ ਪੁਲਿਸ ਵੱਲੋਂ ਭਾਰੀ ਦਬਾਅ ਜਿਹੜਾ ਕਿਸਾਨ ਧਰਨਿਆਂ ਤੇ ਬਣਾਇਆ ਗਿਆ ਤੇ ਇਹਨਾਂ ਹਾਲਾਤਾਂ ਦੇ ਵਿੱਚ ਰਕੇਸ਼ ਕੈਤ ਵੱਲੋਂ ਦਿਖਾਈ ਗਈ ਦਲੇਰੀ ਨੇ ਕਿਸਾਨ ਧਰਨਿਆਂ ਦਾ ਜਿਹੜਾ ਰੁਖ ਹੈ ਇੱਕ ਵਾਰ ਫਿਰ ਬਦਲ ਕੇ ਰੱਖ ਦਿੱਤਾ ਹੈ ਤੇ ਅੱਜ ਇਸ ਵੀਡੀਓ 'ਚ ਅਸੀਂ ਤੁਹਾਨੂੰ ਰਕੇਸ਼ਟ ਕੈਤ ਬਾਰੇ ਕੁਝ ਜਾਣਕਾਰੀ ਦੇਵਾਂਗੇ ਦੱਸ ਦਈਏ ਕਿ ਬਾਲਿਆਣ ਖਾਬ ਤੇ ਪ੍ਰਭਾਵੀ ਸ਼ਖਸੀਅਤ ਮਹਿੰਦਰ ਸਿੰਘ ਟਕੈਤ ਦੀ ਮੌਤ ਤੋਂ ਬਾਅਦ ਵੱਡੇ ਬੇਟੇ ਯਾਨੀ ਰਕੇਸ਼ਟ ਕੈਤ ਦੇ ਵੱਡੇ ਭਰਾ ਨਰੇਸ਼ਟ ਕੈਤ ਨੂੰ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਹਾਲਾਂਕਿ ਇਸ ਕਠਨ ਦੇ ਕਾਰਜਕਾਰੀ ਰਕੇਸ਼ਟ ਕੈਤ ਹੀ ਹਨ ਮਹਿੰਦਰ ਟਕੈਤ ਨੇ ਹੀ ਭਾਰਤੀ ਕਿਸਾਨ ਯੂਨੀਅਨ ਨੂੰ ਖੜਾ ਕੀਤਾ ਸੀ ਉਹਨਾਂ ਕਰਕੇ ਰਕੇਸ਼ਟ ਕੈਤ ਨੂੰ ਪਛਾਣ ਮਿਲੀ ਦੱਸ ਦਈਏ ਕਿ ਰਕੇਸ਼ਟ ਕੈਤ ਕਿਸੇ ਸਮੇਂ ਦਿੱਲੀ ਪੁਲਿਸ ਵਿੱਚ ਨੌਕਰੀ ਕਰਦੇ ਸਨ ਪਰ ਕਿਸਾਨਾਂ ਲਈ ਉਹਨਾਂ ਨੇ ਨੌਕਰੀ ਛੱਡ ਦਿੱਤੀ ਇਸ ਦੇ ਨਾਲ ਹੀ ਉਹਨਾਂ ਨੇ ਦੋ ਵਾਰ ਚੋਣਾ ਵੀ ਲੜੀਆਂ ਪਰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ ਵੀ ਰਕੇਸ਼ਟ ਕਹਤ ਨੇ ਹਿੰਮਤ ਨਹੀਂ ਛੱਡੀ ਇਸੇ ਤਰ੍ਹਾਂ ਉਹਨਾਂ ਦੀ ਹਿੰਮਤ ਹੁਣ ਵੀ ਬਰਕਰਾਰ ਹੈ ਤੇ ਉਹਨਾਂ ਨੇ ਕਰੀਬ ਕਰੀਬ ਖਤਮ ਹੋ ਚੁੱਕੇ ਕਿਸਾਨ ਅੰਦੋਲਨ ਚ ਨਵੀਂ ਜਾਨ ਪਾ ਦਿੱਤੀ ਹੈ ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਦੀ ਕਮਾਂਡ ਸੰਭਾਲਣ ਵਾਲੇ ਰਕੇਸ਼ਟ ਕੈਦ ਕਿਸਾਨਾਂ ਦੇ ਹਿੱਤਾਂ ਦੀ ਗੱਲ ਸਰਕਾਰ ਅੱਗੇ ਬੇਬਾਕੀ ਨਾ ਰੱਖਦੇ ਹਨ ਉਹਨਾਂ ਦਾ ਸੰਗਠਨ ਉੱਤਰ ਪ੍ਰਦੇਸ਼ ਮੇ ਸਾਰੇ ਦੇਸ਼ ਫੈਲਿਆ ਹੋਇਆ ਹੈ ਗੱਲ ਕਰੀਏ ਰਕੇਸ਼ਟ ਕੈਦ ਦੀ ਪੜ੍ਹਾਈ ਦੀ ਤਾਂ ਉਹਨਾਂ ਨੇ ਮੇਰਠ ਯੂਨੀਵਰਸਿਟੀ ਤੋਂ ਐਮਏ ਦੀ ਪੜ੍ਹਾਈ ਕੀਤੀ ਹੋਈ ਹੈ ਉਹਨਾਂ ਨੇ ਕਾਨੂੰਨ ਦੀ ਪੜ੍ਹਾਈ ਯਾਨਕੀ ਐਲ ਐਲ ਬੀ ਵੀ ਕੀਤੀ ਹੋਈ ਹੈ ਉਹ ਸਾਲ 1992 ਵਿੱਚ ਦਿੱਲੀ ਪੁਲਿਸ ਨੌਕਰੀ ਕਰਦੇ ਸਨ ਸਾਲ 1993-94 ਉਹਨਾਂ ਦੇ ਪਿਤਾ ਦੀ ਅਗਵਾਈ ਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਸਰਕਾਰ ਨੇ ਉਹਨਾਂ ਨੂੰ ਕਿਹਾ ਕਿ ਉਹ ਆਪਣੇ ਭਰਾ ਤੇ ਪਿਓ ਦਾ ਅੰਦੋਲਨ ਖਤਮ ਕਰਵਾਉਣ ਇਸ ਮੰਗਰੋ ਰਕੇਸ਼ ਨੇ ਨੌਕਰੀ ਨੂੰ ਨਾ ਕਰਕੇ ਆਪਣੇ ਕਿਸਾਨਾਂ ਦਾ ਸਮਰਥਨ ਕੀਤਾ ਇਸ ਤੋਂ ਬਾਅਦ ਪਿਤਾ ਮਹਿੰਦਰ ਦੀ ਮੌਤ ਤੋਂ ਬਾਅਦ ਉਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੀ ਕਮਾਂਡ ਸੰਭਾਲੀ ਇਸ ਤੋਂ ਪਹਿਨਾ ਰਕੇਸ਼ਟ ਕਾਹਨੇ ਦੋ ਵਾਰ ਰਾਜਨੀਤੀ ਛਾਤ ਜਮਾਇਆ ਉਹਨਾਂ ਨੇ ਪਹਿਲੀ ਵਾਰ ਸਾਲ 2007 ਮੁਜਫਰਨਗਰ ਦੀ 44 ਤੋਂ ਵਿਧਾਨ ਸਭਾ ਚੋਣਾਂ ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਹਾਰ ਗਏ ਫਿਰ ਉਹਨਾਂ ਨੇ 2014 ਚ ਅਮਰੋਹਾ ਜ਼ਿਲ੍ਹੇ ਤੋਂ ਰਾਸ਼ਟਰੀ ਲੋਕਦਲ ਦੀ ਟਿਕਟ ਤੇ ਚੋਣ ਲੜੀ ਤੇ ਇਸ ਵਾਰ ਵੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਰਕੇਸ਼ਟ ਕੈਤ ਕਿਸਾਨ ਸੰਘਰਸ਼ ਤੋਂ 44 ਵਾਰ ਜੇਲ੍ਹ ਗਏ ਇੱਕ ਵਾਰ ਮੱਧ ਪ੍ਰਦੇਸ਼ ਵਿੱਚ ਉਹਨਾਂ ਨੂੰ ਭੂਮੀ ਗ੍ਰਹਿਣ ਐਕਟ ਵਰਤ 39 ਦਿਨ ਜੇਲ੍ਹ ਵਿੱਚ ਰਹਿਣਾ ਪਿਆ ਇਸ ਤੋਂ ਬਾਅਦ ਉਹਨਾਂ ਨੇ ਦਿੱਲੀ ਦੇ ਸੰਸਦ ਭਵਨ ਦੇ ਬਾਹਰ ਗੰਨੇ ਦੇ ਸਮਰਥਨ ਮੁੱਲ ਵਧਾਉਣ ਦੇ ਮੁੱਦੇ ਤੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਫਿਰ ਉਹਨਾਂ ਨੇ ਗੰਨੇ ਸਾੜ ਕੇ ਵਿਰੋਧ ਕੀਤਾ ਇਸ ਤੋਂ ਬਾਅਦ ਉਹਨਾਂ ਨੂੰ ਤਿਹਾਰ ਜੇਲ੍ਹ ਭੇਜਿਆ ਗਿਆ ਰਾਜਸਥਾਨ ਵਿੱਚ ਵੀ ਉਹਨਾਂ ਨੇ ਇੱਕ ਵਾਰ ਕਿਸਾਨਾਂ ਦੇ ਹਿੱਤਾਂ ਵਿੱਚ ਬਾਜਰਾ ਦੇ ਸਮਰਥਨ ਮੌਲ ਵਿੱਚ ਵਾਧਾ ਕਰਨ ਦੀ ਮੰਗ ਤੇ ਪ੍ਰਦਰਸ਼ਨ ਕੀਤਾ ਇਸ ਵਾਰ ਵੀ ਉਹਨਾਂ ਨੂੰ ਜੈਪੁਰ ਜੇਲ੍ਹ ਜਾਣਾ ਪਿਆ ਤਾਂ ਦੋਸਤੋ ਇਹ ਸੀ ਛੋਟੀ ਜੀ ਜਾਣਕਾਰੀ ਕਿਸਾਨ ਆਗੂ ਰਕੇਸ਼ਟ ਕੈਦ ਦੇ ਬਾਰੇ ਜਿਨ੍ਹਾਂ ਨੇ ਕੱਲ ਇੱਕ ਰਾਤ ਦੇ ਵਿੱਚ ਹੀ ਲਗਭਗ ਖਤਮ ਹੋ ਰਹੇ ਕਿਸਾਨ ਉਦਲ ਨੂੰ ਫਿਰ ਤੇ ਪੈਰਾਂ ਤੇ ਖੜਾ ਕਰ ਦਿੱਤਾ ਹੈ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਨਾਲ ਜਲਦੀ ਮਿਲਦੇ ਹਾਂ ਨਵੀਂ ਤੇ ਤਾਜ਼ਾ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ